किसान वीरों प्यार भरी सत श्री अकाल वाहेगुरु जी का खालसा वाहेगुरु जी की फतेह। सारे तो पहलों पूरे संसार दे विच वसण वाले वो लोग जिहड़े हक्कां लई लड़ना चाहते ने, लड़ना जानते ने, लड़ते ने, उन्हां सारयां नूं बहुत 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 वधाइयां होण कि जिहड़ियां लंबे समय तो लड़न वाले लोगों ने पौड़ी बनाई सी, जिहड़ी पौड़ी का एक पैर जिहड़ा आपां दिल्ली च चढ़िया सी तां उहदा दूजा पैर जिहड़ा आपां जीरे दे विच चढ़ गए हां। आम आदमी पार्टी की सरकार वालों भगवंत मान ने अज ये ऐलान कर दिता है कि असी जीरा शराब फैक्टरी नूं बंद करन जा रहे हां। ता एक मुख्यमंत्री ने गल कही है, यकीनी गल है कि हुण इहदे तो नहीं भज्जणगे। हाँ यह हैगा भी इहदे च कोई कानूनी अड़चन पैदा कर सकता दीप बलोथरा, पर जदों लोकां दे दबाव दे नाल लोकां दी मर्जी दे नाल फैसला हो गया है तां इहनूं बदलना हुण किसी भी कोर्ट दे सरकार दे किसी दे भी वस दा रोग नहीं रह गया। ਇਹ ਤੁਹਾਡੀ ਜਿੱਤ ਹੈ, ਇਹ ਜਿੱਤ ਨਾ ਕੋਈ ਸੰਯੁਕਤ ਮੋਰਚੇ ਇਕੱਲੇ ਦੀ ਹੈ, ਨਾ ਕੋਈ ਸਾਂਝਾ ਮੋਰਚਾ ਜੀਰਾ ਕਮੇਟੀ ਇਕੱਲੀ ਦੀ ਹੈ। ਇਹ ਜਿੱਤ ਪੂਰੇ ਸੰਸਾਰ ਦੇ ਵਿੱਚ ਲੜਨ ਵਾਲੇ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਇਸ ਮੋਰਚੇ ਦੀ ਸਪੋਰਟ ਕੀਤੀ। ਬੇਸ਼ੱਕ ਉਹਨਾਂ ਨੇ ਸਰੀਰਕ ਤੌਰ 'ਤੇ ਇੱਥੇ ਹਾਜ਼ਰੀ ਨਹੀਂ ਲਵਾਈ, ਕੋਈ ਫਾਈਨੈਂਸ਼ਲੀ ਮਦਦ ਨਹੀਂ ਕੀਤੀ, ਪਰ ਜਿੱਥੇ ਵੀ ਬੈਠੇ ਸੀ ਇਸ ਮੋਰਚੇ ਨੂੰ ਠੀਕ ਠਹਿਰਾਇਆ, ਇਸ ਮੋਰਚੇ ਦੀ ਸਪੋਰਟ ਕੀਤੀ। ਉਹ ਸਾਰੇ ਇਸ ਵਧਾਈ ਦੇ ਹੱਕਦਾਰ ਨੇ ਕਿ ਇਹ ਜਿਹੜਾ ਅਸੀਂ ਜਿੱਤ ਲਈਏ। ਸਾਂਝਾ ਮੋਰਚਾ ਜੀਰਾ ਵੱਲੋਂ ਜਿਹੜੀ ਲੜਾਈ ਲੜੀ ਗਈ ਸੀ, ਜਿਹੜੀ ਪੂਰੇ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਦੋਂ ਸਪੋਰਟ 'ਤੇ ਆਈਆਂ ਤਾਂ ਉਹਦਾ ਬਹੁਤ ਵੱਡਾ ਪ੍ਰਭਾਵ ਪਿਆ। ਅਸੀਂ ਭਾਰਤੀ ਕਿਸਾਨੀਆਂ ਨੇ ਏਕਤਾ ਦਿਖਾਉਂਦਾ ਤੋਂ ਜਿੱਦਣ ਇਹ ਮੋਰਚੇ ਨੇ ਸ਼ੁਰੂਆਤ ਕੀਤੀ ਸੀ ਆਪਦੀ ਸਪੈਸ਼ਲ ਮੀਟਿੰਗ ਸੱਦ ਕੇ ਇਹ ਐਲਾਨ ਕਰ ਦਿੱਤਾ ਸੀ ਕਿ ਅਸੀਂ ਹਰ ਹਾਲਤ ਇਸ ਮੋਰਚੇ ਦੀ ਸਪੋਰਟ ਕਰਾਂਗੇ ਤੇ ਹਰ ਜੋ ਵੀ ਮਤਲਬ ਇਹ ਫੈਸਲਾ ਕਰਨਗੇ ਅਸੀਂ ਉਹਨੂੰ ਲਾਗੂ ਕਰਾਂਗੇ ਤੇ ਅਸੀਂ ਕਰਦੇ ਰਹੇ। ਹੁਣ ਇਹ ਆ ਕਿ ਇਸ ਜਿੱਤ ਨੇ ਕੁਝ ਕੁ ਜਿਹੜੇ ਹੋਰ ਨਾਰੇ ਸੀ ਉਹਨਾਂ ਨੂੰ ਸਾਕਾਰ ਰੂਪ ਜਿਹੜਾ ਹੈ ਲੋਕਾਂ ਦੇ ਸਾਹਮਣੇ ਦਿੱਤਾ ਹੈ। ਜਬ ਆਪ ਕੀ ਔਦ ਨਿਧਾਨ ਬਣੇ ਤਾਂ ਅਤ ਹੀ ਰਣ ਮੈਂ ਜੂਝ ਮਰੇ। ਸਾਡੀਆਂ ਜ਼ਮੀਨਾਂ ਤੇ ਗੱਲ ਆਈ, ਅਸੀਂ ਰਣ ਦੇ ਵਿੱਚ ਜੂਝੇ ਤੇ ਸ਼ਹੀਦੀ ਪ੍ਰਾਪਤ ਕੀਤੀ। ਸਾਡਾ ਪੌਣ ਪਾਣੀ ਖਰਾਬ ਕਰਨ ਦੀ ਗੱਲ ਆਈ, ਅਸੀਂ ਰਣ ਵਿੱਚ ਜੂਝੇ ਤੇ ਸ਼ਹੀਦੀਆਂ ਸਾਡੀਆਂ ਇੱਥੇ ਵੀ ਹੋਈਆਂ ਨੇ। ਰਣ ਮੈਂ ਜੂਝ ਮਰੀ ਮਰੂ ਔਰ ਨਿਸ਼ਚੇ ਕਰ ਆਪਣੀ ਜੀਤ ਕਰੂ। ਸਾਨੂੰ ਇਸ ਜਿੱਤ ਦਾ ਨਿਸ਼ਚਾ ਸੀ। ਮੈਂ ਅੱਗੇ ਵੀ ਬੋਲਦਿਆਂ ਸਟੇਜ ਤੋਂ ਪੱਤਰਕਾਰਾਂ ਕੋਲ ਕਈ ਵਾਰ ਗੱਲ ਕਹੀ ਸੀ ਕਿ ਇਹ ਸਵਾਲ ਬੇਵਕੂਫੀ ਭਰਿਆ ਹੈ ਕਿ ਕੀ ਸ਼ਰਾਬ ਫੈਕਟਰੀ ਬੰਦ ਹੋਵੇਗੀ, ਜਦੋਂ ਲੋਕ ਲੜਨਗੇ ਤਾਂ ਹੋਵੇਗੀ, ਇਹ ਸਵਾਲ ਹੀ ਗਲਤ ਸੀ। ਤਾਂ ਇਹ ਜਿਹੜਾ ਨਾਰਾ ਸੀ ਇਹਨੂੰ ਅਸੀਂ ਸਾਕਾਰ ਰੂਪ ਦਿੱਤਾ, ਰਣ ਵਿੱਚ ਲੜੇ, ਜੂਝੇ, ਮਰੇ ਔਰ ਨਿਸ਼ਚਾ ਸੀ ਤਾਂ ਆਪਦੀ ਜਿੱਤ ਕੀਤੀ। ਜਿੱਤ ਹਮੇਸ਼ਾ ਲੜਦੇ ਲੋਕਾਂ ਦੀ, ਇਸ ਨਾਰੇ ਨੂੰ ਅਸੀਂ ਸਾਕਾਰ ਰੂਪ ਦਿੱਤਾ। ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੜ ਵੱਧਦੇ ਜਾਣੇ, ਇਸ ਨਾਰੇ ਨੂੰ ਅਸੀਂ ਸਾਕਾਰ ਕੀਤਾ। ਇਕੱਠ ਲੋਹੇ ਦੀ ਲੱਠ ਸਿਰ ਵਿੱਚ ਦੀਪ ਮਲਹੋਤਰੇ ਦੇ ਵਰਗਿਆਂ ਦੇ, ਇਸ ਨਾਰੇ ਨੂੰ ਅਸੀਂ ਸਾਕਾਰ ਰੂਪ ਦਿੱਤਾ। ਤਾਂ ਇਹ ਜਿਹੜੇ ਸਾਰੇ ਨਾਰੇ ਸੀ ਇਹਨਾਂ ਨੂੰ ਅਸੀਂ ਸਾਕਾਰ ਰੂਪ ਦਿੱਤਾ ਹੈ। ਹੁਣ ਮੇਰੀ ਬੇਨਤੀ ਲੋਕਾਂ ਨੂੰ ਇਹ ਆ ਕਿ ਇਹ ਲੜਾਈ ਕੋਈ ਆਖਰੀ ਨਹੀਂ ਸੀ, ਅਸੀਂ ਜਿੱਤ ਗਏ ਤੇ ਹੁਣ ਕੋਈ ਵਿਹਲੇ ਨਹੀਂ ਹੋ ਗਏ। ਪੰਜਾਬ ਦੇ ਲੋਕਾਂ ਨੂੰ ਨਿੱਤ ਮੁਹਿੰਮਾਂ, ਨਵੀਂ ਮੁਹਿੰਮ ਤੁਹਾਡੇ ਸਾਹਮਣੇ ਆਈ ਖੜੀ ਏ ਕਿ ਕੇਂਦਰ ਤੇ ਪੰਜਾਬ ਸਰਕਾਰ ਦੋਵੇਂ ਜਿਹੜੀਆਂ ਨਹਿਰਾਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਇਹ ਮੇਰਾ ਖਿਆਲ ਇੱਕ ਰਾਜਸਥਾਨ ਫੀਡਰ ਏ ਤੇ ਦੂਜੀ ਦਾ ਮੈਨੂੰ ਨਾਂ ਯਾਦ ਨਹੀਂ ਆ ਰਿਹਾ, ਸਰਹੰਦ ਫੀਡਰ, ਇਹਨਾਂ ਦੋਵਾਂ ਨਹਿਰਾਂ ਦੇ ਵਿੱਚ ਲਿਫਾਫਾ ਪਾਉਣ ਜਾ ਰਹੇ ਨੇ। ਤਾਂ ਇਹ ਮੋਰਚਾ ਜਿੱਤਿਆ, ਉਹ ਮੋਰਚਾ ਸਾਡੇ ਅੱਗੇ ਮੂੰਹ ਕੜ ਕੇ ਚੜ ਗਿਆ। ਤਾਂ ਅਸੀਂ ਕੋਈ ਆਰਾਮ ਨਹੀਂ ਕਰਨਾ, ਘਰ ਨਹੀਂ ਬਹਿਣਾ, ਜਿਹੜੇ ਕੋਈ ਦੋ ਦਿਨ ਹੈਗਾ ਸੀ ਆਰਾਮ ਕਰ ਲੈਣਾ, ਉਹਦੇ ਤੋਂ ਬਾਅਦ ਇਹ ਮੋਰਚਾ ਸਾਨੂੰ ਖੋਲ੍ਹਣਾ ਪੈਣਾ, ਕਿਉਂਕਿ ਇਹ ਵੀ ਪਾਣੀ ਦੇ ਨਾਲ ਜੁੜਿਆ ਹੋਇਆ ਹੈ, ਗੈਰ ਕਾਨੂੰਨੀ ਹੈ, ਗੈਰ ਕੁਦਰਤੀ ਹੈ। ਤਾਂ ਆਓ ਇਹਦੀ ਤਿਆਰੀ ਵਿੱਚ ਜੁੱਟ ਜਾਈਏ
कि असी वह लिफाफा नहीं पा देना, असी गैर कानूनी गैर कुदरती जिहड़ा काम है वह नहीं कर देना। तो इस जित दियां तुहानू पूरी दुनिया में बैठे हुए लड़न वाले सारे लोगों भारतीय किसान यूनियन एकता डकौंदा वालों संयुक्त मोर्चे वालों बहुत बहुत वधाइया होन। बहुत बहुत धन्यवाद जी। वाहिगुरू जी का खालसा, वाहिगुरू जी।